ਡੀਬ੍ਰੂਗੜ ਐਕਸਪ੍ਰੈਸ ਦੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਜੋ ਯਾਤਰੀ ਸੀ ਹੁਣ ਉਹਨਾਂ ਨੂੰ ਸਪੈਸ਼ਲ ਟ੍ਰੇਨ ਦੇ ਰਾਹੀਂ ਗੋਰਖਪੁਰ ਦੇ ਲਈ ਰਵਾਨਾ ਕੀਤਾ ਗਿਆ ਤਾਂ ਦੱਸਿਆ ਕਿ ਬੀਤੇ ਦਿਨ ਚੰਡੀਗੜ੍ਹ ਤੋਂ ਚੱਲ ਕੇ ਜੋ ਡਿਬ੍ਰੂਗੜ ਐਕਸਪ੍ਰੈਸ ਜਾ ਰਹੀ ਸੀ ਡਿਬਰੂਗੜ੍ਹ ਦੇ ਲਈ ਤਾਂ ਉਹ ਰਸਤੇ ਦੇ ਵਿੱਚ ਜਦੋਂ ਗੋਂਡਾ ਆਇਆ ਤਾਂ ਗੋਂਡਾ ਦੇ ਕੋਲ ਜਾ ਕੇ ਡਿਰੇਲ ਹੁੰਦੀ ਹੈ ਡਿਰੇਲ ਹੋਣ ਤੋਂ ਬਾਅਦ ਕਈ ਉਸਦੇ ਡੱਬੇ ਜੋ ਨੇ ਪਟਰੀ ਤੋਂ ਹੇਠਾਂ ਉਤਰ ਜਾਂਦੇ ਨੇ ਜਿਸ ਦੇ ਵਿੱਚ ਤਿੰਨ ਯਾਤਰੀਆਂ ਦੀ ਮੌਤ ਅਤੇ 31 ਦੇ ਕਰੀਬ ਯਾਤਰੀ ਜ਼ਖਮੀ ਹੋ ਜਾਂਦੇ ਨੇ ਪਰ ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਜਦੋਂ ਉਸ ਟਰੈਕ ਦੇ ਉੱਤੇ ਆਵਾਜ਼ਾਈ ਬਿਲਕੁਲ ਰੇਲਵੇ ਦੀ ਬੰਦ ਹੋ ਜਾਂਦੀ ਹੈ ਟ੍ਰੇਨਾਂ ਦੀ ਆਵਾਜ਼ਾਈ ਬੰਦ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਇਸ ਹਾਦਸੇ ਤੋਂ ਬਾਅਦ ਜੋ ਬਾਕੀ ਦੇ ਟ੍ਰੇਨ ਸਵਾਰ ਸੀ ਹੁਣ ਉਹਨਾਂ ਨੂੰ ਮਾਨਕਪੁਰ ਸਟੇਸ਼ਨ ਤੋਂ ਇੱਕ ਸਪੈਸ਼ਲ ਟ੍ਰੇਨ ਕਰਕੇ ਰੇਲਵੇ ਵਿਭਾਗ ਦੇ ਵੱਲੋਂ ਗੋਰਖਪੁਰ ਦੇ ਲਈ ਰਵਾਨਾ ਕੀਤਾ ਗਿਆ ਤੇ ਇਸ ਦੌਰਾਨ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ तमाम ਉੱਚ ਅਧਿਕਾਰੀ ਇਸ ਸਮੇਂ ਮੌਕੇ ਦੇ ਉੱਤੇ ਮੌਜੂਦ ਸੀ ਇਸ ਟ੍ਰੇਨ ਦੇ ਵਿੱਚ तमाम ਉਹਨਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਇਹਨਾਂ ਨੂੰ ਅੱਗੇ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਬੀਤੇ ਦਿਨਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਰਾਤ ਦੇ ਸਮੇਂ ਇਹ 11:40 ਤੇ ਟ੍ਰੇਨ ਚੱਲੀ ਸੀ ਡਿਬਰੂਗੜ ਐਕਸਪ੍ਰੈਸ ਤੇ ਅਗਲੇ ਦਿਨ ਜਦੋਂ ਇਹ ਦੁਪਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ ਗੋਂਡਾ ਦੇ ਕੋਲ ਪਹੁੰਚੀ 2:37 ਦੇ ਉੱਤੇ ਅਚਾਨਕ ਹੀ ਡਿਰੇਲ ਹੋ ਜਾਂਦੀ ਹੈ ਕਈ ਬੋਕੀਆਂ ਇਸ ਦੀਆਂ ਪਟਰੀ ਤੋਂ ਹੇਠਾਂ ਉਤਰ ਜਾਂਦੀ ਹੈ ਹਾਲਾਂਕਿ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਡੱਬੇ ਦੇ ਉੱਤੇ ਡੱਬਾ ਚੜ ਜਾਂਦਾ ਹੈ ਤੇ ਕਈ ਡੱਬਿਆਂ ਦੇ ਵਿੱਚ ਫਸੇ ਹੋਏ ਸਵਾਰੀਆਂ ਨੂੰ ਡੱਬੇ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾਂਦਾ ਹੈ ਤੇ ਬੇहद ਖਤਰਨਾਕ ਤਸਵੀਰਾਂ ਸਾਹਮਣੇ ਆਈਆਂ ਸੀ ਹਾਲਾਂਕਿ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਜਦਕਿ 30 ਦੇ ਕਰੀਬ ਯਾਤਰੀ ਜ਼ਖਮੀ ਹੋਏ ਨੇ ਤੇ ਜੋ ਮ੍ਰਿਤਕ ਨੇ ਉਹਨਾਂ ਨੂੰ 10 ਲੱਖ ਰੁਪਏ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ ਗਿਆ ਤੇ ਰੇਲਵੇ ਵਿਭਾਗ ਦੇ ਵੱਲੋਂ ਇੱਕ ਟੀਮ ਬਣਾਈ ਗਈ ਹੈ ਜੋ ਕਿ ਹੁਣ ਇਸ ਹਾਦਸੇ ਦੀ ਜਾਂਚ ਕਰੇਗੀ ਤਾਂ ਦੱਸਦੀ ਹੈ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਦੋਂ ਇਹ ਰੇਲ ਹਾਦਸਾ ਹੋਇਆ ਤਾਂ ਉਸ ਤੋਂ ਠੀਕ ਪਹਿਲਾਂ ਜੋ ਲੋਕੋ ਪਾਇਲਟ ਸੀ ਉਸ ਨੂੰ ਇੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਪਰ ਹੁਣ ਇਹਨਾਂ ਗੱਲਾਂ ਦਾ ਵੀ ਖੰਡਨ ਕਰ ਦਿੱਤਾ ਗਿਆ ਹਾਲਾਂਕਿ ਕੋਈ ਧਮਾਕੇ ਦੀ ਆਵਾਜ਼ ਨਹੀਂ ਆਈ ਅਚਾਨਕ ਹੀ ਜੋ ਟ੍ਰੇਨ ਹੈ ਉਹ ਡੀਰੇਲ ਹੋਈ ਹੈ ਪਰ ਇਹ ਡੀਰੇਲ ਹੋਈ ਕਿਵੇਂ ਹੈ ਇਸ ਦੇ ਬਾਰੇ ਹੁਣ ਰੇਲਵੇ ਵਿਭਾਗ ਦੇ ਵੱਲੋਂ ਇੱਕ ਵੱਖਰੀ ਟੀਮ ਬਣਾਈ ਗਈ ਹੈ ਜੋ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ ਇਸ ਦੌਰਾਨ ਤਸਵੀਰਾਂ ਇਸ ਸਾਹਮਣੇ ਆਈਆਂ ਨੇ ਕਿ ਮਾਨਕਪੁਰ ਤੋਂ ਇੱਕ ਸਪੈਸ਼ਲ ਟ੍ਰੇਨ ਦੇ ਰਹੀ ਇਸ ਟ੍ਰੇਨ ਦੇ ਵਿੱਚ ਜੋ ਪੀੜਤ ਸੀ ਉਹਨਾਂ ਨੂੰ ਗੋਰਖਪੁਰ ਦੇ ਲਈ ਰਵਾਨਾ ਕੀਤਾ ਗਿਆ ਹਾਲਾਂਕਿ ਬੀਤੇ ਦਿਨਾਂ ਕਈ ਯਾਤਰੀਆਂ ਨੂੰ ਬਸਾਂ ਦੇ ਰਾਹੀਂ ਰਵਾਨਾ ਕੀਤਾ ਗਿਆ ਸੀ ਪਰ ਯਾਤਰੀਆਂ ਦੀ ਸੰਖਿਆ ਜੋਾ ਕਾਫੀ ਜ਼ਿਆਦਾ ਸੀ ਤਾਂ ਇਸ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਦੇ ਵੱਲੋਂ ਇੱਕ ਸਪੈਸ਼ਲ ਟ੍ਰੇਨ ਮੰਗਵਾਈ ਗਈ ਅਤੇ ਉਸ ਟ੍ਰੇਨ ਦੇ ਵਿੱਚ ਇਨ੍ਹਾਂ ਯਾਤਰੀਆਂ ਨੂੰ ਸਵਾਰ ਕਰਕੇ ਭੇਜਿਆ ਗਿਆ